ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਮੈਂ ਰਮਨ ਸਿੱਧੂ ਲੈ ਕੇ ਹਾਜ਼ਰਾਂ ਅੱਜ ਦਾ ਦਿਨ ਇਤਿਹਾਸ ਵਿੱਚ ਸੋ ਦੋਸਤੋ ਅੱਜ ਹੈ 5 ਨਵੰਬਰ ਅੱਜ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਹੇ ਹਾਂ 5 ਨਵੰਬਰ ਨਾਲ ਜੁੜੀਆਂ ਘਟਨਾਵਾਂ ਬਾਰੇ ਜਿਨ੍ਹਾਂ ਦਾ ਸਬੰਧ ਪੰਜਾਬ ਸਿੱਖ ਤਵਾਰੀਖ ਤੇ ਦੇਸ਼ ਦੁਨੀਆ ਨਾਲ ਜੁੜਿਆ ਹੋਇਆ ਹੈ ਸੋ ਸਭ ਤੋਂ ਪਹਿਲਾ ਜ਼ਿਕਰ ਹੈ ਸਾਲ 1675 ਨੂੰ ਗੁਰੂ ਤੇਗ ਬਹਾਦਰ ਸਾਹਿਬ ਪਿੰਜਰੇ ਵਿੱਚ ਕੈਦ ਹੋਏ ਦਿੱਲੀ ਪੂਜੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਸਨ ਉਹਨਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਵੀ ਸਨਮਾਨਿਆ ਜਾਂਦਾ ਹੈ ਕਿਉਂਕਿ ਉਹਨਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ ਹੁਣ ਗੱਲ ਕਰਦੇ ਆ ਉਹਨਾਂ ਦੇ ਮੁੱਢਲੇ ਜੀਵਨ ਬਾਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 1 April 1621 ਵਾਲੇ ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁੱਖੋਂ ਅੰਮ੍ਰਿਤਸਰ ਵਿਖੇ ਗੁਰਦੁਆਰਾ ਗੁਰੂ ਕੇ ਮਹਿਲ ਦੇ ਸਥਾਨ ਤੇ ਹੋਇਆ ਆਪ ਜੀ ਦੇ 6ਵੇਂ ਗੁਰੂ ਹਰगोबिंद ਸਾਹਿਬ ਜੀ ਦੇ 5ਵੇਂ ਤੇ ਸਭ ਤੋਂ ਛੋਟੇ ਸੁਪੁੱਤਰ ਸਨ ਬਚਪਨ ਦਾ ਨਾਮ ਤਿਆਗਮਲ ਸੀ 1635 ਵਿੱਚ ਕਰਤਾਰਪੁਰ ਦੀ ਲੜਾਈ ਵਿੱਚ ਗੁਰੂ ਹਰगोबिंद ਜੀ ਨੇ ਇਹਨਾਂ ਦੀ ਬਹਾਦਰੀ ਨੂੰ ਵੇਖਦਿਆਂ ਆਪ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ ਜਿਸ ਦਾ ਅਰਥ ਤਲਵਾਰ ਦਾ ਤਨੀਏ ਆਪ ਜੀ ਨੇ 9 ਸਾਲ ਦੇ ਕਰੀਬ ਸਮਾਂ ਅੰਮ੍ਰਿਤਸਰ ਵਿਖੇ گزارਿਆ ਤੇ ਫਿਰ ਕਰਤਾਰਪੁਰ ਜ਼ਿਲ੍ਹਾ ਜਲੰਧਰ ਵਿਖੇ ਚਲੇ ਗਏ ਗੁਰੂ ਜੀ ਦੇ ਭੈਣ ਭਰਾਵਾਂ ਦੇ ਨਾਮ ਬਾਬਾ ਗੁਰਦੇਤਾ ਜੀ ਬਾਬਾ ਸੂਰਜਮਾਲ ਬਾਬਾ ਅਟਲ ਰਾਏ ਤੇ ਬੀਬੀ ਵੀਰੋ ਨੇ ਆਪ ਦਾ ਵਿਆਹ ਲਖਨੌਰੀ ਪਿੰਡ ਦੇ ਲਾਲ ਚੰਦ ਦੀ ਪੁੱਤਰੀ ਮਾਤਾ ਗੁਜਰੀ ਜੀ ਨਾਲ ਹੋਇਆ ਸਾਲ 1840 ਨੋ ਨਿਹਾਲ ਸਿੰਘ ਨੂੰ ਧਿਆਨ ਸਿੰਘ ਨੇ ਸਿਰ ਵਿੱਚ ਪੱਥਰ ਮਰਵਾ ਮਰਵਾ ਕੇ ਖਤਮ ਕਰਵਾ ਦਿੱਤਾ ਕਵਰ ਨੋ ਨਿਹਾਲ ਸਿੰਘ ਸਿੱਖ ਸਲਤਨਤ ਦੇ ਮਹਾਰਾਜਾ ਸੀ ਉਹ ਖੜਕ ਸਿੰਘ ਤੋਂ ਬਾਅਦ ਪੰਜਾਬ ਦਾ ਮਹਾਰਾਜਾ ਬਣਿਆ ਉਹ ਮਹਾਰਾਜਾ ਖੜਕ ਸਿੰਘ ਤੇ ਰਾਣੀ ਚੰਦਕੌਰ ਦਾ ਪੁੱਤਰ ਸੀ ਉਹ ਮਹਾਰਾਜਾ ਰਣਜੀਤ ਸਿੰਘ ਦਾ ਪੋਤਾ ਸੀ ਅਪ੍ਰੈਲ 1837 ਵਿੱਚ 16 ਸਾਲ ਦੀ ਉਮਰ ਵਿੱਚ ਕਵਰ ਦਾ ਵਿਆਹ ਬੀਬੀ ਸਾਹਿਬਕੌਰ ਸ਼ਹੀਦ ਸਰਦਾਰ ਸ਼ਾਮ ਸਿੰਘ ਔਟਾਰੀ ਵਾਲਾ ਦੀ ਪੁੱਤਰੀ ਨਾਲ ਕੀਤਾ ਗਿਆ ਜਦੋਂ ਖੜਕ ਸਿੰਘ ਮਹਾਰਾਜ ਬਣਿਆ ਤਾਂ ਉਹ ਆਪਣੇ ਰਾਜ ਵਿੱਚ ਅਮਲੀ ਤੌਰ ਤੇ ਸਾਰਿਆਂ ਨੂੰ ਆਪਣੇ ਅਧੀਨ ਨਾ ਰੱਖ ਸਕਿਆ ਇਸ ਲਈ ਡੋਗਰਿਆ ਨੇ ਆਪਣੀ ਚਾਲ ਅਨੁਸਾਰ ਕਵਰ ਨੂੰ ਖੜਕ ਸਿੰਘ ਖਿਲਾਫ ਪੜਕਾ ਕੇ ਖੜਕ ਸਿੰਘ ਨੂੰ ਕੈਦ ਵਿੱਚ ਸੁੱਟ ਕੇ ਨੌ ਨਿਹਾਲ ਸਿੰਘ ਨੂੰ ਮਹਾਰਾਜਾ ਬਣਾ ਦਿੱਤਾ ਕੈਦ ਵਿੱਚ ਹੀ ਖੜਕ ਸਿੰਘ ਦੀ ਮੌਤ ਹੋ ਗਈ ਜਦੋਂ ਕਵਰ ਆਪਣੇ ਪਿਤਾ ਦਾ ਸੰਸਕਾਰ ਕਰਕੇ ਰੌਸ਼ਨੀ ਦੇ ਦਰਵਾਜ਼ੇ ਰਾਹੀਂ ਲੰਘ ਰਹੇ ਸਨ ਤਾਂ ਉੱਥੇ ਬਰੂਦ ਫਟਣ ਨਾਲ ਉਹਨਾਂ ਤੇ ਦਰਵਾਜ਼ਾ ਡਿੱਗ ਪਿਆ ਤੇ ਉਹ ਬੇਹੋਸ਼ ਹੋ ਗਏ ਡੋਗਰਾ ਵਜ਼ੀਰ ਧਿਆਨ ਸਿੰਘ ਉਹਨਾਂ ਨੂੰ ਕਿਲੇ ਅੰਦਰ ਲੈ ਗਿਆ ਉਸ ਤੋਂ ਇਲਾਵਾ ਕਿਸੇ ਹੋਰ ਨੂੰ ਅੰਦਰ ਆਉਣ ਦੀ ਇਜਾਜ਼ਤ ਨਾ ਦਿੱਤੀ ਗਈ ਬਾਅਦ ਵਿੱਚ ਜਦੋਂ ਕਵਰ ਨੂੰ ਉਸਦੀ ਮਾਤਾ ਚੰਦ ਕੌਰ ਮਿਲੀ ਤਾਂ ਕਵਰ ਖੂਨ ਨਾਲ ਲਥਪਥ ਸੀ ਉਸਦੀ 19 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੁਣ ਗੱਲ ਕਰਦੇ ਹਾਂ ਉਹਨਾਂ ਦੀ ਮੌਤ ਬਾਰੇ 5 ਨਵੰਬਰ 1840 ਦੇ ਦਿਨ ਜਦ ਸਾਰੇ ਜਣੇ ਖੜਕ ਸਿੰਘ ਦਾ ਸੰਸਕਾਰ ਕਰਕੇ ਵਾਪਸ ਕਿਲੇ ਨੂੰ ਜਾ ਰਹੇ ਸਨ ਤਾਂ ਪਹਿਲਾਂ ਕੜੀ ਸਾਜ਼ਿਸ਼ ਮੁਤਾਬਕ ਧਿਆਨ ਸਿੰਘ ਨੇ ਰੌਸ਼ਨੀ ਗੇਟ ਦਾ ਛੱਜਾ ਸੁੱਟਵਾ ਕੇ ਨੌ ਨਿਹਾਲ ਸਿੰਘ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਇਸ ਵੇਲੇ ਨੌ ਨਿਹਾਲ ਸਿੰਘ ਨੇ ਗੁਲਾਬ ਸਿੰਘ ਡੋਗਰੇ ਦੇ ਪੁੱਤਰ ਮੀਆਂ ਉਦਮ ਸਿੰਘ ਦਾ ਹੱਥ ਫੜਿਆ ਹੋਇਆ ਸੀ ਗੇੜ ਦਾ ਛੱਜਾ ਸੇਰੂ ਤੇ ਡਿੱਗਣ ਨਾਲ ਗੁਲਾਬ ਸਿੰਘ ਡੋਗਰੇ ਦਾ ਪੁੱਤਰ ਮੀਆਂ ਉਦਮ ਸਿੰਘ ਉਸੇ ਵੇਲੇ ਮਰ ਗਿਆ ਤੇ ਨੌਨਿਹਾਲ ਸਿੰਘ ਨੂੰ ਐਵੇਂ ਥੂੜੀਆਂ ਜੀਆ ਚਰੀਟਾ ਹਿਆਂ ਗਾ ਜਨ ਪਰ ਪਹਿਲਾਂ ਤੋਂ ਹੀ ਕੀਤੀ ਤਿਆਰੀ ਮੁਤਾਬਕ ਨੌਨਿਹਾਲ ਸਿੰਘ ਨੂੰ ਇੱਕਦਮ ਜਵਰੀ ਇੱਕ ਪਾਲਕੀ ਵਿੱਚ ਪਾ ਲਿਆ ਗਿਆ ਤੇ ਧਾਨ ਸਿੰਘ ਡੋਗਰਾ ਪਾਲਕੀ ਲੈ ਕੇ ਬੜੀ ਤੇਜ਼ੀ ਨਾਲ ਕਿਲੇ ਵੱਲ ਚਲਾ ਗਿਆ ਲੈਣਾ ਸਿੰਘ ਵਜੀਠੀਆ ਨੇ ਉਸਦੇ ਨਾਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਰੋਕ ਦਿੱਤਾ ਗਿਆ ਹੋਰ ਤਾਂ ਹੋਰ ਨੌ ਨਿਹਾਲ ਸਿੰਘ ਦੀ ਮਹਾਰਾਣੀ ਚੰਦਕੌਰ ਨੂੰ ਵੀ ਉਸ ਦੇ ਨੇੜੇ ਜਾਣ ਦੀ ਇਜਾਜ਼ਤ ਨਾ ਦਿੱਤੀ ਗਈ। ਉਹ ਕਿਲੇ ਦਾ ਦਰਵਾਜ਼ਾ ਖੁਲਵਾਉਣ ਵਾਸਤੇ ਕਿੰਨਾ ਚਿਰਹੀ ਦਰਵਾਜ਼ੇ ਉੱਤੇ ਹੱਥ ਪੈਰ ਮਾਰ-ਮਾਰ ਕੇ ਪਿੱਟਦੀ ਰਹੀ। ਉਧਰ ਧਿਆਨ ਸਿੰਘ ਨੇ ਸਿਰ ਵਿੱਚ ਪੱਥਰ ਮਰਵਾ ਮਰਵਾ ਕੇ ਨੌ ਨਿਹਾਲ ਸਿੰਘ ਨੂੰ ਖਤਮ ਕਰ ਦਿੱਤਾ। ਹੁਣ ਜਾਣਦੇ ਹਾਂ ਭਾਰਤਵਾਰੇ ਸਾਲ 1556 ਪਾਣੀਪਤ ਦੀ ਦੂਜੀ ਲੜਾਈ ਵਿੱਚ ਅਕਬਰ ਨੇ ਰਾਜਾ ਹੀਮਚੰਦਰ ਵਿਕਰਮਾਦਿਤਿਆ ਦੀ ਫੌਜ ਨੂੰ ਹਰਾ ਕੇ ਦਿੱਲੀ ਤੇ ਕਬਜ਼ਾ ਕਰ ਲਿਆ। ਸਾਲ 1870 ਭਾਰਤੀ ਸਿਆਸਤਦਾਨ ਚਿਤ੍ਰੰਜਨ ਦਾਸ ਦਾ ਜਨਮ ਹੋਇਆ। ਚਿਤ੍ਰੰਜਨ ਦਾਸ ਭਾਰਤੀ ਸਿਆਸਤਦਾਨ ਸੀ ਤੇ ਬ੍ਰਿਟਾਨੀ ਹਕੂਮਤ ਸਮੇਂ ਬੰਗਾਲ ਵਿੱਚ ਸਵਰਾਜ ਪਾਰਟੀ ਦਾ ਆਗੂ ਸੀ। ਹੁਣ ਗੱਲ ਕਰਦੇ ਹਾਂ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ। ਉਹ ਵਿਕਰਮਪੁਰ ٹا ਦਾ ਮਸ਼ਹੂਰ ਤੇਲੀ ਬਰਾਗ ਦੇ ਦਾਸ ਪਰਿਵਾਰ ਨਾਲ ਸੰਬੰਧਤ ਸੀ। ਉਹ ਬ੍ਰਹਮੋ ਸਮਾਜ ਸੁਧਾਰਕ ਦੁਰਗਾ ਮੂਨ ਦਾਸ ਦਾ ਭਤੀਜਾ ਤੇ ਭਵਨ ਮੂਨ ਦਾਸ ਦਾ ਪੁੱਤਰ ਸੀ। ਉਸ ਦੇ ਕਚਚੇਰੇ ਮਸ਼ੇਰੇ ਭਰਾ ਸਨ ਸਤੀਸ਼ ਰੰਜਨ ਦਾਸ, ਸੁਦੀ ਰੰਜਨ ਦਾਸ, ਸਰਲਾ ਰਾਏ ਤੇ ਲੇਡੀ ਅਵਾਲਾ ਬੋਸ। ਉਸ ਦੇ ਸਭ ਤੋਂ ਵੱਡੇ ਪੋਤਰੇ ਸਿਦਾਰਥ ਸ਼ੰਕਰ ਰੇ ਸੀ ਤੇ ਉਸ ਦੀ ਪੋਤੀ ਜਸਟਿਸ ਮੰਜੂਲਾ ਬੋਸ ਹੈ। ਸਾਲ 1905 ਉਰਦੂ ਲੇਖਕ ਮਾਰਕਸਵਾਦੀ ਚਿੰਤਕ ਤੇ ਇਨਕਲਾਬੀ ਆਗੂ ਸਯਾਦ ਜ਼ਾਹਿਰ ਦਾ ਜਨਮ ਹੋਇਆ ਅੱਗੇ ਜ਼ਿਕਰ ਹੈ 1911 ਦਾ ਭਾਰਤੀ ਸਿਆਸਤਦਾਨ ਤੇ ਆਜ਼ਾਦੀ ਕਾਰਕੁਨ ਤ੍ਰਿਦੀਪ ਚੌਧਰੀ ਦਾ ਜਨਮ ਹੋਇਆ ਸਾਲ 1952 ਭਾਰਤ ਦਾਰਸ਼ਨਿਕ ਪਰਿਵਾਰਨ ਸੰਬੰਧੀ ਨਾਰੀ ਅਧਿਕਾਰਵਾਦੀ ਤੇ ਲੇਖਕਾ ਵੰਨਾ ਸ਼ਿਵਾ ਦਾ ਜਨਮ ਹੋਇਆ ਜੇ ਗੱਲ ਕਰੀਏ ਵੰਦਨਾ ਸ਼ਿਵਾ ਬਾਰੇ ਤਾਂ ਇੱਕ ਦਾਰਸ਼ਨਿਕ ਵਾਤਾਵਰਣ ਵਰਕਰ ਵਾਤਾਵਰਣ ਸਬੰਧੀ ਨਾਰੀ ਅਧਿਕਾਰਵਾਦੀ ਤੇ ਕਈ ਕਿਤਾਬਾਂ ਦੀ ਲੇਖਿਕਾ ਵਰਤਮਾਨ ਸਮੇਂ ਦਿੱਲੀ ਵਿੱਚ ਸਥਿਤ ਸ਼ਿਵਾ 20 ਤੋਂ ਵੱਧ ਕਿਤਾਬਾਂ ਤੇ ਐਮ ਵਿਗਿਆਨਕ ਤੇ ਤਕਨੀਕੀ ਪੱਤਰਕਾਵਾਂ ਵਿੱਚ 300 ਤੋਂ ਜ਼ਿਆਦਾ ਲੇਖਾਂ ਦੀ ਲੇਖਿਕਾ ਉਸਨੇ 1978 ਵਿੱਚ ਡਾਕਟਰੀ ਜਾਂਚ નિબંધ ਹੀਡਨ ਵੈਰੀਏਬਲਸ ਐਂਡ ਲੋਕੈਲਿਟੀ ਇਨ ਕਵਾਂਟਮ ਥਿਊਰੀ ਦੇ ਨਾਲ ਪਾਛਵੀ অন্ਟਾਰੀਓ ਯੂਨੀਵਰਸਿਟੀ ਕੈਨੇਡਾ ਤੋਂ ਆਪਣੀ ਪੀ ਐਚ ਡੀ ਦੀ ਉਪਾਦੀ ਪ੍ਰਾਪਤ ਕੀਤੀ ਸ਼ਿਵਾ ਨੇ 1970 ਦੇ ਦਹਾਕੇ ਦੌਰਾਨ ਹਿੰ사ਾਤਮਕ ਚਿਪਕੋ ਅੰਦੋਲਨ ਵਿੱਚ ਭਾਗ ਲਿਆ ਇਸ ਅੰਦੋਲਨ ਨੇ ਜਿਸ ਦੀਆਂ ਕੁਝ ਮੁੱਖ ਪ੍ਰਤੀਭਾਗੀ ਔਰਤਾਂ ਸੀ ਰੁੱਖਾਂ ਦੀ ਕਟਾਈ ਨੂੰ ਰੋਕਣ ਲਈ ਰੁੱਖਾਂ ਦੇ ਦੁਆਲੇ ਮਨੁੱਖੀ ਕੇਰਾ ਬਣਾਉਣ ਦੀ ਪद्धਤੀ ਨੂੰ ਅਪਣਾਇਆ ਉਹ ਵਿਸ਼ਵੀਕਰਨ ਦੇ ਸਵਾੰਥਵੇਚਾ ਅੰਤਰਰਾਸ਼ਟਰੀ ਫੋਰਮ ਦੇ ਨੇਤਾਮਾਂ ਵਿੱਚੋਂ ਇੱਕ ਹੈ ਤੇ ਉਹ ਵਿਸ਼ਵੀਕਰਨ ਵਿੱਚ ਤਬਦੀਲੀ ਲਿਆਓ ਨਾਮਕ ਸੰਸਾਰ ਇੱਕ ਜੁਟਤਾ ਅੰਦੋਲਨ ਦੀ ਇੱਕ ਕਾਰਕੁਨ ਹੈ। ਉਹਨਾਂ ਨੇ ਕਈ ਪ੍ਰੰਪਰਕ ਪ੍ਰਥਾਵਾਂ ਦੇ ਗਿਆਨ ਦੇ ਪੱਖ ਵਿੱਚ ਤਰਕ ਪੇਸ਼ ਕੀਤਾ ਜੋ ਕਿ ਵੈਦਿਕ ਬਾਤਾਂਵਰਣ ਵਿੱਚ ਦਿੱਤੀ ਗਈ ਉਹਨਾਂ ਦੀ ਇੰਟਰਵਿਊ ਤੋਂ ਸਪੱਸ਼ਟ ਹੈ ਜੋ ਭਾਰਤ ਦੀ ਵੈਦਿਕ ਵਿਰਾਸਤ ਦੇ ਵੱਲ ਆਕਰਸ਼ਿਤ ਕਰਦੀ ਹੈ। ਹੁਣ ਗੱਲ ਕਰਦੇ ਹਾਂ ਉਹਨਾਂ ਦੇ ਆਰੰਭਿਕ ਜੀਵਨ ਤੇ ਸਿੱਖਿਆ ਬਾਰੇ ਬੰਦਨਾ ਸ਼ਿਵਾ ਦਾ ਜਨਮ ਡੈਰਾਦੂਨ ਦੀ ਘਾਟੀ ਵਿੱਚ ਹੋਇਆ ਉਸਦੇ ਪਿਤਾ ਇੱਕ ਜੰਗਲ ਰਖੈਕ ਤੇ ਮਾਤਾ ਕੁਦਰਤ ਪ੍ਰੇਮੀ ਕਿਸਾਨ ਸੀ ਉਸ ਦੀ ਸਿੱਖਿਆ ਮੈਨੀਪਾਲ ਵਿੱਚ ਸੈਂਟ ਮੈਰੀ ਸਕੂਲ ਤੇ ਜੀਸਸ ਤੇ ਮੈਰੀ ਕਨਵੈਂਟ ਦੈਰਾ ਦੂਨ ਵਿੱਚ ਹੋਈ ਸ਼ਿਵਾ ਇੱਕ ਪਰਵੀਨ ਜਿਮਨਾਸਟ ਸੀ ਤੇ ਭੌਤਿਕ ਵਿਗਿਆਨ ਵਿੱਚ ਡਿਗਰੀ ਦੀ ਆਪਣੀ ਉਪਾਦੀ ਪ੍ਰਾਪਤ ਕਰਨ ਦੇ ਬਾਅਦ ਉਸ ਨੇ ਗੁਆਲਫ ਯੂਨੀਵਰਸਿਟੀ ਤੋਂ ਚੇਸ ਇਨ ਦੀ ਕਨਸੈਪਟ ਆਫ ਪ੍ਰੀਆਰਿਟੀ ਆਫ ਲਾਈਟਸ ਰਿਲੇਟ ਨਾਮਕ ਸੋਧ ਪੱਤਰ ਦੇ ਨਾਲ ਵਿਗਿਆਨ ਦੇ ਦਰਸ਼ਨ ਵਿੱਚ ਐਮਏ ਦੀ ਉਪਾਦੀ ਪ੍ਰਾਪਤ ਕੀਤੀ 1979 ਵਿੱਚ ਉਸਨੇ ਪੱਛਮੀ 온ਟਾਰੀਓ ਯੂਨੀਵਰਸਿਟੀ ਤੋਂ ਆਪਣੀ ਪੀਐਚਡੀ ਦੀ ਡਿਗਰੀ ਪੂਰੀ ਕੀਤੀ ਤੇ ਉਪਾਦੀ ਪ੍ਰਾਪਤ ਕੀਤੀ। ਉਸਦੇ ਸੋਧ ਪ੍ਰਵੰਧ ਦਾ ਸਿਰਲੇਖ ਹੀਡੇਨ ਵੈਰੀਏਬਲਸ ਐਂਡ ਲੋਕਲਿਟੀ ਇਨ ਕੁਆਂਟਮ ਥਿਊਰੀ ਸੀ। ਬਾਅਦ ਵਿੱਚ ਉਸਨੇ ਬੰਗਲੌਰ ਵਿਖੇ ਭਾਰਤੀ ਵਿਗਿਆਨ ਸੰਸਥਾਨ ਤੇ ਭਾਰਤੀ ਪ੍ਰਬੰਧਨ ਸੰਸਥਾਨ ਤੋਂ ਵਿਗਿਆਨ, ਤਕਨੀਕੀ ਤੇ ਵਾਤਾਵਰਣ ਨੀਤੀ ਉੱਤੇ ਅੰਤਰ ਅਨੁਸ਼ਾਸਨੀ ਖੋਜ ਕਾਰਜ ਕੀਤਾ। ਸਾਲ 1988 ਭਾਰਤੀ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਦਾ ਜਨਮ ਹੋਇਆ ਅੱਗੇ ਜ਼ਿਕਰ ਹੈ 1556 ਦਾ ਉਦਰੀ ਭਾਰਤ ਦਾ Hindu ਰਾਜਾ ਹੇਮਚੰਦਰ ਵਿਕਰਮਨ ਦੇਵ ਉਰਫ ਹੇਮੂ ਦਾ ਦਿਹਾਂਤ ਹੋਇਆ ਸਾਲ 1915 ਪਾਰਸੀ ਭਾਰਤੀ ਰਾਜਨੀਤਿਕ ਵਿਅਕਤੀ ਤੇ ਪ੍ਰਸਿੱਧ ਵਕੀਲ ਫਰੋਸ਼ਾ ਮਹਿਤਾ ਦਾ ਦਿਹਾਂਤ ਹੋਇਆ ਫਰੋਸ਼ਾ ਮਹਿਤਾ ਇੱਕ ਪਾਰਸੀ ਭਾਰਤੀ ਰਾਜਨੀਤਿਕ ਵਿਅਕਤੀ ਤੇ ਪ੍ਰਸਿੱਧ ਵਕੀਲ ਸਨ ਉਹ 1890 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਬਣੇ ਅੱਗੇ ਵਧਦੇ ਆ ਸਾਲ 2009ਵਲ ਭਾਰਤੀ ਹਿੰਦੀ ਪੱਤਰਕਾਰ ਲੇਖਕ ਤੇ ਰਾਜਨੀਤਿਕ ਵਿਸ਼ਲੇਸ਼ਕ ਪ੍ਰਭਾਸ ਚੋਸ਼ੀ ਦਾ ਦਿਹਾਂਤ ਹੋਇਆ ਇੱਕ ਝਾਤ ਕੈਨੇਡਾ ਤੇ ਸਾਲ 1984 ਗਾਇਕ ਗੀਤਕਾਰ ਬ੍ਰਾਇਨ ਐਡਮਸ ਨੇ ਆਪਣੇ 25ਵੇਂ ਜਨਮ ਦਿਨ ਤੇ ਆਪਣੇ ਅੰਤਰਰਾਸ਼ਟਰੀ ਪੱਧਰ ਤੇ ਸਫਲ ਚੌਥੀ ਐਲਬਮ ਰੀਕਲਾਸ ਰਿਲੀਜ਼ ਕੀਤੀ 6 ਹਿੱਟ ਸਿੰਗਲਸ ਦੇ ਨਾਲ ਸਮਰ ਆਫ 69 ਰਨ ਟੂ ਯੂ ਤੇ ਇਟਸ ਓਨਲੀ ਲਵ ਸਮੀਤ ਐਲਬਮ ਨੇ ਦੁਨੀਆ ਭਰ ਵਿੱਚ ਲੱਖਾਂ ਕਾਪੀਆਂ ਵੇਚੀਆਂ ਕੱਟਸ ਲਾਈਕ ਨਾਈਫ ਤੇ ਸਟਰੀਟ ਫਰੋਮ ਦੀ ਹਾਰਡਵਰਗੇ ਪਹਿਲੇ ਸਿੰਗਲਸ ਦੇ ਰਿਲੀਜ਼ ਹੋਣ ਨਾਲ ਐਡਮਸ ਦੀ ਐਕਸਪਿਉਲਿਟੀ ਨਾਟਕੀ ਢੰਗ ਨਾਲ ਵੱਧ ਗਈ ਸੀ ਉਸਦੀ ਨੀਲੀ ਕਾਲਰ ਚਿੱਤਰ ਜਿਸ ਵਿੱਚ ਉਸਦੀ ਆਈਕੋਨਿਕ ਟੀ-ਸ਼ਰਟ ਤੇ ਜੀਨਸ ਸ਼ਾਮਲ ਨੇ ਉਸਦੇ ਅਟਿਕ ਤੇ ਸਖਤ ਮਿਹਨਤੀ ਮੂਲਾਂ ਨੂੰ ਦਰਸਾਉਂਦੀ ਹੈ ਜੋ ਕਿ ਰੌਕ ਤੇ ਰੋਲ ਦੀ ਇੱਕ ਸਿੱਧੀ ਸ਼ੈਲੀ ਪੈਦਾ ਕਰਦੀ ਹੈ ਸਾਲ 1995 ਪ੍ਰਧਾਨ ਮੰਤਰੀ ਜੀਨ ਕ੍ਰੇਟਿਅਨ ਤੇ ਉਹਨਾਂ ਦੀ ਪਤਨੀ ਓਟਾਵਾ ਵਿੱਚ 24 ਸੇਕ ਸਟ੍ਰਾਈਵਿਕ ਇੱਕ ਚਾਕੂ ਨਾਲ ਚੱਲਣ ਵਾਲੀ ਕੁਝ ਭੈਠੀਏ ਵਿੱਚ ਉਹਨਾਂ ਦੇ ਨਿਵਾਸ ਵਿੱਚ ਦਾਖਲ ਹੋਣ ਤੋਂ ਬਾਅਦ ਜ਼ਖਮੀ ਹੋਣ ਤੋਂ ਬਚ ਗਏ ਤੇਜ਼ ਸੋਚ ਵਾਲੀ ਐਲੀਨ ਕ੍ਰੈਟਿਅਨ ਨੇ ਸੁਰੱਖਿਆ ਦੇ ਆਉਣ ਤੱਕ ਬੈਡਰੂਮ ਦੇ ਦਰਵਾਜ਼ੇ ਨੂੰ ਬੰਦ ਕਰ ਦਿੱਤਾ ਤੇ ਤਾਲਾ ਲਗਾ ਦਿੱਤਾ ਜਦੋਂ ਕਿ ਪ੍ਰਧਾਨ ਮੰਤਰੀ ਨੇ ਇੱਕ ਪੱਥਰ ਦੀ ਇਨੂਇਟ ਨਕਾਸ਼ੀ ਕੀਤੀ ਕ੍ਰੈਟਿਅਨ ਨੇ ਬਾਅਦ ਵਿੱਚ ਕਿਹਾ ਹੈ ਕਿ ਉਸਨੇ ਸ਼ੁਰੂ ਵਿੱਚ ਆਪਣੀ ਬਦਲੀ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਸੀ ਕਿ ਉਸਨੇ ਇੱਕ ਰੋਲਾ ਸੁਣਿਆ ਸੀ ਉਸ ਨੂੰ ਕਿਹਾ ਤੁਸੀਂ ਸੁਪਨਾ ਦੇਖ ਰਹੇ ਹੋ ਕੈਨੇਡਾ ਦੇ ਪ੍ਰਸਿੱਧ ਸਿਆਸੀ ਅਰਥਸ਼ਾਸਤਰੀ ਹੈ ਰਾਲਡ ਇਨਿਸ ਦਾ ਜਨਮ ਵੀ ਇਸੇ ਹੀ ਦਿਨ 5 ਨਵੰਬਰ 1894 ਨੂੰ ਹੋਇਆ ਸੀ ਤੇ ਇਸੇ ਹੀ ਦਿਨ ਸਾਲ 1931 ਚ ਦਾਰਸ਼ਨਿਕ ਚਾਰਲਸ ਟੇਲਰ 94 ਸਨ ਟਰੈਪ ਸ਼ੂਟਰ ਸੂਜਰ ਨਟਰਾਸ ਦਾ ਜਨਮ ਵੀ 5 ਨਵੰਬਰ 1950 ਵਾਲੇ ਦਿਨ ਹੋਇਆ ਸੀ ਇੱਕ ਪਾਂਛੀ ਚਾਤ ਵਿਸ਼ੂ ਤੇ ਸਾਲ 1935 ਅਮਰੀਕਾ ਵਿੱਚ ਮਨਵਬਲੀ ਖੇਡ ਸ਼ੁਰੂ ਕੀਤੀ ਗਈ ਸਾਲ 1999 170 ਮੁਲਕਾਂ ਨੇ ਇਕੱਠੇ ਹੋ ਕੇ ਬੌਨ ਵਿੱਚ ਗਲੋਬਲ ਵਾਰਮਿੰਗ ਬਾਰੇ 12 ਨੀ ਕਾਨਫਰੰਸ ਕੀਤੀ ਅੱਗੇ ਜ਼ਿਕਰ ਹੈ 5 ਨਵੰਬਰ 1999 ਦਾ ਅਮਰੀਕਾ ਦੀ ਕਦਾਲਤ ਨੇ ਮਾਈਕਰੋਸਾਫਟ ਦੀ ਵਿੰਡੋ ਖੇਤਰ ਵਿੱਚ ਮਨਵਲੀ ਦਾ ਹੱਕ ਤਸلیم ਕੀਤਾ ਸਾਲ 1880 ਰਮਾਨਿਆਈ ਨਾਬਲਕਾਰ ਕਹਾਣੀ ਲੇਖਕ ਬੱਤਰਕਾਰ ਮੀਹਾ ਇਲ ਸਾਦੋ ਵਿਆਨੋ ਦਾ ਜਨਮ ਹੋਇਆ ਅੱਗੇ ਜ਼ਿਕਰ ਹੈ 1885 ਦਾ ਅਮਰੀਕਾ ਦਾ ਲੇਖਕ ਇਤਿਹਾਸਕਾਰ ਤੇ ਦਾਰਸ਼ਨਿਕ ਵਿਲਡੂਰਾਟ ਦਾ ਜਨਮ ਹੋਇਆ ਸਾਲ 1919 ਪਾਕਿਸਤਾਨ ਦਾ ਉਰਦੂ ਆਲੋਚਕ ਅਨੁਵਾਦਕ ਅਧਿਆਪਕ ਤੇ ਕਹਾਣੀਕਾਰ ਮੁਹੰਮਦ हसन ਅਸਕਰੀ ਦਾ ਜਨਮ ਹੋਇਆ ਅੱਗੇ ਜ਼ਿਕਰ ਹੈ 1926 ਦਾ ਅੰਗਰੇਜ਼ ਕਲਾ ਆਲੋਚਕ ਨਾਵਲਕਾਰ ਚਿੱਤਰਕਾਰ ਤੇ ਕਵੀ ਜੌਨ ਵਰਗਰ ਦਾ ਜਨਮ ਹੋਇਆ ਤੇ ਇਸੇ ਹੀ ਦਿਨ 5 ਨਵੰਬਰ 1879 ਨੂੰ ਸਕਾਟਿਸ਼ ਗਣਿਤ ਭੌਤਿਕ ਵਿਗਿਆਨੀ ਜੀम्स ਕਲਾਰਕ ਮੈਕਸਵੈਲ ਦਾ ਦਿਹਾਂਤ ਹੋਇਆ ਸਾਲ 1896 ਡੈਨਿਸ਼ ਭਾਸ਼ਾ ਵਿਗਿਆਨੀ ਕਾਰਲ ਵਰਨਰ ਦਾ ਦਿਹਾਂਤ ਹੋਇਆ ਅੱਗੇ ਜ਼ਿਕਰ ਹੈ 1940 ਦਾ ਜਰਮਨ ਜੀਵ ਵਿਗਿਆਨ ਤੇ ਪ੍ਰੋਫੈਸਰ ਆਟੋਪਲਾਟ ਦਾ ਦਿਹਾਂਤ ਹੋਇਆ ਸੋ ਇਹ ਹਨ ਅੱਜ 5 ਨਵੰਬਰ ਨਾਲ ਸੰਬੰਧਿਤ ਪੰਜਾਬ ਸਿੱਖ ਤਾਰੀਖ ਤੇ ਦੇਸ਼ ਦੁਨੀਆ ਨਾਲ ਜੁੜੀਆਂ ਘਟਨਾਵਾਂ ਜਿਨ੍ਹਾਂ ਦੀ ਸਾਂਝ ਤੁਹਾਡੇ ਨਾਲ ਪਾਈ ਗਈ ਹੈ ਮਿਲਦੇ ਆ 6 ਨਵੰਬਰ ਦੇ ਇਤਿਹਾਸ ਨਾਲ ਮੈਨੂੰ ਰਮਨ ਸਿੱਧੂ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ